ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ ਲੁਧਿਆਣਾ ਦੇ ਲੋਹਾਰਾ ਸਥਿਤ ਖੋਲੇ ਐਜੂਕੇਟ ਪੰਜਾਬ ਪ੍ਰੋਜੈਕਟ ਤਹਿਤ ਇਸ ਸਕੂਲ ਨੂੰ ਕਰੀਬ 8 ਸਾਲ ਹੋ ਚੁੱਕੇ ਨੇ ਅਤੇ ਇਸ ਨੂੰ ਚਲਾਉਣ ਵਾਲੇ ਜਸਵਿੰਦਰ ਸਿੰਘ ਜੋ ਪਿਛਲੇ 55 ਸਾਲ ਤੋਂ ਇੰਗਲੈਂਡ ਦੀ ਧਰਤੀ ਤੇ ਰਹਿੰਦੇ ਸਨ ਅਤੇ ਉਹਨਾਂ ਨੇ ਭਾਈ ਜਸਵੀਰ ਸਿੰਘ ਖਾਲਸਾ ਦੇ ਦਿੱਤੇ ਨਿਰਦੇਸ਼ਾਂ ਤੇ ਚੱਲਦਿਆਂ ਪੰਜਾਬ ਵਿੱਚ ਹੁਣ ਤੱਕ 8 ਸੀਬੀਐਸਈ ਬੋਰਡ ਦੇ ਸਕੂਲ ਖੋਲੇ ਨੇ ਜਿਸ ਵਿੱਚ 5400 ਦੇ ਕਰੀਬ ਬੱਚਿਆਂ ਨੂੰ ਫ੍ਰੀ ਵਿੱਚ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਅੱਜ ਰੱਖੇ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 'ਚ ਹਿੱਸਾ ਲੈਂਦਿਆਂ ਚੇਅਰਮੈਨ ਜਸਵੀਰ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ 55 ਸਾਲ ਇੰਗਲੈਂਡ ਦੀ ਧਰਤੀ ਤੇ ਬਿਤਾਉਣ ਤੋਂ ਬਾਅਦ ਉਹਨਾਂ ਲੋਕਾਂ ਨੂੰ ਵਿਦਿਆ ਦਾ ਦਾਨ ਦੇਣ ਲਈ ਇੱਕ ਟੀਚਾ ਮਿੱਥਿਆ ਹੈ। ਇਸ ਮੌਕੇ ਜਸਵਿੰਦਰ ਸਿੰਘ ਚੇਅਰਮੈਨ ਤੇ ਸਕੂਲ ਮੈਨੇਜਮੈਂਟ ਤੇ ਬੱਚਿਆਂ ਦੇ ਮਾਪਿਆਂ ਨੇ ਕੀ ਕਿਹਾ ਆਓ ਜਾਣਦੇ ਹਾਂ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ। ਹਾਂਜੀ ਕੀ ਕਹੋਗੇ ਜੀ ਅੱਜ ਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਜੀ ਇੱਕ ਹਮੂਰਿਕ ਕਾਰੇ ਲਾਇਆ, ਇੱਕ ਤਾਂਗ ਜੀ ਲੈ ਕੇ ਆਪਣਾ ਫਰਜ਼ ਨਿਭਾਉਂਦਾ ਹੋਇਆ। ਸਾਡਾ ਗੁਰੂ ਕਹਿੰਦਾ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। 55 ਸਾਲ ਦਾ ਸਮਾਂ ਇੰਗਲੈਂਡ ਦੀ ਧਰਤੀ ਲਗਾ ਕੇ ਦੁਨੀਆ ਸਾਰੀ ਫਿਰ ਕੇ ਅਤੇ ਹੁਣ ਮੈਂ ਦੇਖਿਆ ਪੰਜਾਬ ਦੇ ਵਿਚਕਾਰ ਪੜ੍ਹਾਈ ਦੀ ਲੋੜ ਹੈ, ਐਜੂਕੇਸ਼ਨ ਦਾ ਲੰਗਰ ਬਜਾਏ ਕਿ ਦੂਜਾ ਰੱਜਿਆਂ ਨੂੰ ਰਜਾਈ ਜਾਈਏ, ਸੋ ਉਹ ਵੀ ਲੰਗਰ ਲਾਉਣੇ ਹੈ। ਅਤੇ ਇਹਦੇ ਲਈ ਮੈਂ ਸਕੂਲ ਗੁਰੂ ਸਾਹਿਬ ਨੇ ਮੇਰੇ ਕੋਲ ਸੇਵਾ ਲਈ, ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ ਹੋਇਆ, ਅੱਜ ਸੰਸਾਰ ਨਹੀਂ ਹੈਗੇ, ਉਹਨਾਂ ਨੇ ਮੈਨੂੰ ਸਾਪੜਾ ਦਿੱਤਾ ਸੀਗਾ ਕਿਉਂਕਿ ਉਹਨਾਂ ਦੀ ਸੰਗਤ ਮੈਂ ਕੀਤੀ ਸੀਗੀ ਅਤੇ ਉਹਨਾਂ ਨੇ ਕਿਹਾ ਸੀ ਵੀ ਆਉਣ ਵਾਲੀ ਪਨੀਰੀ ਸੰਭਾਲੀਏ, ਇਹ ਲੋੜਵੰਦ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ। ਸੋ ਉਹ ਮੇਰੇ ਤੋਂ ਮਹਾਰਾਜ ਸੇਵਾ ਲੈ ਰਿਹਾ, ਪਿਛਲੇ 12-13 ਸਾਲਾਂ ਤੋਂ ਇੱਥੇ ਪੰਜਾਬ ਵਿੱਚ ਆ ਕੇ ਸਕੂਲ 7-8 ਸਕੂਲ ਹੋ ਗਏ ਸਾਡੇ, ਹੁਣ ਫ੍ਰੀ ਸਕੂਲ ਖੋਲ੍ਹਨੇ ਆ, ਕੋਈ ਪੈਸਾ ਧੇਰਾ ਨਹੀਂ ਲੈਣਾ। ਇਹਨਾਂ ਵੱਡੀਆਂ ਵੱਡੀਆਂ ਕੁਰਸੀਆਂ 'ਤੇ ਬੱਚਿਆਂ ਨੂੰ ਬਿਠਾਈਏ ਤਾਂ ਕਿ ਇਹ ਬੱਚੇ ਕੱਲ੍ਹ ਨੂੰ ਆਉਣ ਵਾਲਾ ਡਾਕਟਰ ਬਣੇ ਅਤੇ ਫਿਰ ਕਿਡਨੀਆਂ ਵੇਚਣ ਵਾਲਾ ਨਾ ਹੋਵੇ, ਕਿਉਂਕਿ ਨਾਲ ਥੋੜ੍ਹੀ ਅਸੀਂ ਗੁਰੂ ਦੀ ਮਤ ਵੀ ਦਿੰਦੇ ਹਾਂ। ਸਿੱਖੀ ਨੂੰ ਲੈ ਕੇ ਨੌਜਵਾਨਾਂ ਨੂੰ ਕੀ ਅਪੀਲ ਕਰ? ਅਸੀਂ ਇਹੀ ਅਪੀਲ ਕਰਾਂਗੇ ਬਈ ਗੁਰੂ ਨੂੰ ਮੰਨਦੇ ਹਾਂ ਅਤੇ ਫਿਰ ਗੁਰੂ ਦੀ ਗੱਲ ਵੀ ਮੰਨਣੀ ਚਾਹੀਦੀ ਹੈ। ਸਰਬੰਸ ਵਾਰ ਕੇ ਚਲੇ ਗਏ, ਸਾਨੂੰ ਗੁਰੂ ਗ੍ਰੰਥ ਸਾਹਿਬ ਲੜ ਲਾ ਗਏ ਸੀਗੇ ਅਤੇ ਮੈਂ ਕਹਾਂਗਾ ਬਈ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਖਾਲੀ ਮੱਥੇ ਨਾ ਟੇਕੀਏ, ਇਹਨੂੰ ਪੜ੍ਹੀਏ, ਕਿਉਂਕਿ ਮੇਰੀ ਆਪਣੀ ਕਹਾਣੀ ਬੈਗਠੂ ਵੇਖੇਂਗੇ ਭਿਖਾਰੀ ਅਤੇ ਰਾਜ ਕਰਾਵੇ, ਇਹ ਗੁਰੂ ਗ੍ਰੰਥ ਸਾਹਿਬ ਲਿਖਿਆ, ਅੱਖਰ ਅੱਖਰ ਲਿਖਿਆ ਹੋਇਆ, ਸੱਚ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ। ਮੈਂ ਇੱਥੋਂ ਗਿਆ ਸੀਗਾ, ਮੈਨੂੰ ਯਾਦ ਹੈ ਮੈਂ ਇੱਕ ਗੋਲੀ ਖਾਣ ਜੋਗੇ ਪੈਸੇ ਨਹੀਂ ਸੀ ਹੁੰਦੇ, ਅੱਜ 105 ਗੋਰੇ ਮੇਰੇ ਬੇਟੇ ਥੱਲੇ, ਮੇਰੇ ਜਵਾਈ ਥੱਲੇ, ਮੇਰੀ ਬੇਟੀ ਥੱਲੇ ਕੰਮ ਕਰਦੇ ਜੇ। ਇਹ ਸਾਰੀ ਬਾਣੀ ਦੀ ਸ਼ਕਤੀ ਦੀ ਗੱਲ ਕਰ ਰਿਹਾ, ਮੈਂ ਆਪਣੀ ਵਡਿਆਈ ਨਹੀਂ ਕਰਦਾ ਕਿਉਂਕਿ ਅੱਜ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਵਾਸਤੇ ਅਤੇ ਦੁਨੀਆ 'ਤੇ ਰਾਜ ਕਰਨ ਵਾਲੀ ਕੌਮ ਬਣਾਈ, ਪਰ ਆਪ ਭੁੱਲ ਗਏ, ਮੇਰੇ ਵੀਰ ਭੈਣਾਂ ਭੁੱਲ ਗਏ ਅਤੇ ਇਹਨਾਂ ਭੁੱਲਿਆਂ ਨੂੰ ਵਾਪਸ ਲੈ ਕੇ ਆਉਣ ਵਾਸਤੇ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਮੈਨੂੰ ਥਾਪੜਾ ਦਿੱਤਾ ਕਿ ਬਈ ਆਉਣ ਵਾਲੀ ਪਨੀਰੀ ਸੰਭਾਲਣੀ ਆ, ਫਿਰ ਉਹ ਆਪ ਸੰਸਾਰ ਛੱਡ ਕੇ ਚਲੇ ਗਏ। ਸੋ ਇਹ ਸੇਵਾ ਹੋਂ ਮੂਰਖ ਕਾਰਨ ਆਇਆ। ਕਿੰਨੇ ਬੱਚੇ ਹੋਣਗੇ? ਅੱਜ ਮੇਰੇ ਕੋਲ 5400 ਬੱਚੇ ਆ ਜਿਨ੍ਹਾਂ ਦੀ ਫੀਸਾਂ ਇਹਨਾਂ ਬੱਚਿਆਂ ਦੇ ਅਕਾਊਂਟ 'ਚ ਜਾਂਦੀਆਂ ਨੇ। ਇਹ ਸਾਰਾ ਕੁਝ ਅਸੀਂ ਬੱਚਿਆਂ ਨੂੰ, ਮੈਂ ਪੰਜਾਬ ਸਾਰੇ ਫਿਰਦਾ ਵਾਂ ਅਤੇ ਜਿਹੜੇ ਲੋੜਵੰਦ ਬੱਚੇ ਆ, ਪੜਾਕੂ ਬੱਚੇ ਆ, ਉਹਨਾਂ ਨੂੰ ਆਪਾਂ ਪੜ੍ਹਾਈਆਂ ਕਰਾਈ ਦੀਆਂ ਅਤੇ ਉਹਨਾਂ ਦੀ ਲੁਧਿਆਣੇ ਦੇ ਵਿੱਚ ਹੀ ਖਾਲੀ ਕੀ ਹੋਰ ਜਗ੍ਹਾ? ਨਾ, ਸਾਰੇ ਪੰਜਾਬ ਵਿੱਚ ਸਕੂਲ 7 ਖੁੱਲ੍ਹ ਗਏ ਆ, ਪਰ ਇਹੜਾ ਲੁਧਿਆਣੇ ਦਾ ਸਕੂਲ ਹੈ, ਇਹ ਸਾਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਾ ਹੈ ਕਿਉਂਕਿ ਇੱਥੇ ਹੁਣ 500 ਬੱਚਾ ਜੀ ਅਤੇ 30 ਬੱਚਿਆਂ ਤੋਂ ਸ਼ੁਰੂ ਕੀਤਾ ਸੀ ਅੱਜ ਤੋਂ 12 ਸਾਲ ਪਹਿਲੇ, ਅਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਹੈ ਔਰ ਦੇਖ ਲਓ ਤੁਹਾਡੇ ਸਾਹਮਣੇ ਬੱਚੇ ਕਿਸ ਤਰ੍ਹਾਂ ਲੱਗੇ ਪਏ ਆ ਕਿ ਇਹ ਬੱਚੇ ਅੱਜ ਬੜੇ ਇੰਗਲਿਸ਼ ਤੱਕ ਬੋਲਦੇ ਆ, ਔਰ ਕਿੰਨਾਂ ਦੇ ਬੱਚੇ ਆ, ਮਾਫ਼ ਕਰਨਾ, ਜਾਂ ਮਾਂ ਮਰ ਗਈ ਹੈ ਜਾਂ ਪਿਓ ਨਸ਼ੇੜੀ ਆ, ਕੁਝ ਉਹੋ ਜਿਹੇ ਹਾਲਾਤਾਂ ਵਾਲੇ ਬੱਚੇ ਵੀ ਹੈਗੇ ਇੱਥੇ, ਪਰ ਮੈਂ ਆਪਣਾ ਫਰਜ਼ ਨਿਭਾ ਰਿਹਾ ਅਤੇ ਅੱਜ ਬੱਚਿਆਂ ਦੇ ਕਰਕੇ ਹੀ ਮਾਂ ਪਿਓ ਵਾਪਸ ਆਈ ਜਾ ਰਿਹਾ, ਔਰ ਬੱਚੇ ਕਹਿੰਦੇ ਆ ਕਿ ਬਈ, ਮਾਂ ਪਿਓ ਕਹਿੰਦੇ ਆ ਕਿ ਬਈ ਵਾਕਈ ਇਹ ਚੀਜ਼ ਦੀ ਲੋੜ ਹੈ ਪੰਜਾਬ ਵਿੱਚ, ਖਾਸ ਕਰਕੇ ਸਮੇਂ ਦੀ ਲੋੜ ਹੈ। ਆਪਾਂ ਲੰਗਰ ਵੀ ਲਾਉਣੇ ਆ, ਗੁਰਦੁਆਰੇ ਵੀ ਬਣਾਉਣੇ ਆ, ਮੰਦਰ ਮਸਜਿਦ ਸਭ ਕੁਝ ਕਰਨਾ ਹੈ, ਪਰ ਸਮੇਂ ਦੀ ਲੋੜ ਅਕਲ ਕੀ? ਐਡਮਿਸ਼ਨ ਕਰਾਉਣਾ ਹੋਵੇ ਕਿਸ ਤਰ੍ਹਾਂ ਮਤਲਬ ਹੋ ਸਕਦਾ ਜੀ? ਬਸ ਅਸੀਂ ਯਾਦ ਰੱਖਣਾ ਕਿ ਬੱਚੇ ਦਾ ਘਰ ਦੇਖ ਲਈਦਾ, ਬਈ ਘਰ ਬਾਰ ਅਗਰ ਬੱਚਾ ਵਾਕਈ ਪੜਾਕੂ ਵੀ ਹੈ, ਥੋੜ੍ਹਾ ਜਿਹਾ ਟੈਸਟ ਲੈ ਲੈਂਦੀ ਹੈ, ਬੱਚੀਆਂ ਦਾ ਕੰਮ ਹੈ ਇਹ, ਜੋ ਮੇਰੇ ਨਾਲ ਇਹ ਸਲਾਹ ਚਲਾ ਰਹੀਆਂ ਸਕੂਲਾਂ ਦਾ ਕੰਮ, ਮੈਂ ਤਾਂ ਬੱਚਿਆਂ ਨੂੰ ਆਪਣੀ ਜੀਵਨ ਦੀ ਕਹਾਣੀ ਸੁਣਾ ਕੇ ਅਤੇ ਇੱਕ 15 ਮਿੰਟ ਜਪਜੀ ਸਾਹਿਬ ਦਾ ਪਾਠ ਕੀਤੇ ਵਗੈਰਾ ਅਸੀਂ ਸਕੂਲ ਜਾਂਦੇ ਸੀ ਨਾ, ਅਤੇ ਸਾਡੀ ਮੰਮੀ ਪਾਪਾ ਨੂੰ ਕਹਿੰਦੀ ਪਾਠ ਜੇ ਕਰ ਗਿਆ ਤਾਂ ਫਿਰ ਸ਼ਾਮ ਨੂੰ ਕੁੱਟ ਪੈਂਦੀ ਸੀ, ਸੋ ਸਾਨੂੰ ਬ੍ਰੇਕਫਾਸਟ ਨਹੀਂ ਸੀ ਮਿਲਦਾ ਜੇ ਅਸੀਂ ਪਾਠ। ਸੋ ਉਹ ਚੀਜ਼ ਬੱਚਿਆਂ ਨੂੰ ਮੈਂ ਜੋੜ ਦੇਣਾ, ਜਾਗ ਹੀ ਲਾਉਣਾ ਨਾ, ਕੰਮ ਤਾਂ ਸਾਰਾ ਪਰਮਾਤਮਾ ਨੇ ਕਰਨਾ ਹੈ, ਅਤੇ ਕਿਸੇ ਧਰਮ ਦਾ ਬੱਚਾ ਹੋਵੇ ਅਸੀਂ ਬੱਚਿਆਂ ਨੂੰ ਪੜ੍ਹਾਈਆਂ ਕਰਾਉਂਦੇ ਹਾਂ, ਕੋਈ ਜ਼ਰੂਰੀ ਨਹੀਂ ਕਿ ਸਿੱਖਾਂ ਨੂੰ ਬਣਾਉਣਾ ਆਪਾਂ। ਸੋ ਗੁਰੂ ਸਾਹਿਬ ਸੇਵਾ ਲੈ ਰਹੇ ਹਾਂ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮਨਦੀਪ ਕੌਰ। ਰਮਨ ਜੀ, ਤੁਹਾਡੇ ਬੱਚੇ ਸਕੂਲ 'ਚ ਪੜ੍ਹਦੇ? ਹਾਂਜੀ। ਕਿਸ ਤਰੀਕੇ ਦੇ ਨਾਲ ਸਕੂਲ ਦਾ ਜਿਹੜਾ ਐਜੂਕੇਸ਼ਨ ਨੂੰ ਲੈ ਕੇ ਆ ਅਤੇ ਇੱਕ ਫੀਸ ਨੂੰ ਲੈ ਕੇ ਕਿਹਾ ਜਾ ਰਿਹਾ? ਫੀਸ ਵੀ ਸਾਡੇ ਤੋਂ ਜੀ ਬਿਲਕੁਲ ਨਹੀਂ ਲਈ ਜਾ ਰਹੀ ਗੀ, ਬੱਚਿਆਂ ਨੂੰ ਬਹੁਤ ਹੀ ਸੁਚੱਜੀ ਸਿੱਖਿਆ ਦੇ ਰਹੇ ਆ ਜਸਵਿੰਦਰ ਸਿੰਘ ਖਾਲਸਾ ਜੀ, ਬਿਲਕੁਲ ਫ੍ਰੀ ਵਿੱਦਿਆ ਦਾ ਦਾਨ ਰਹੇ ਬੱਚਿਆਂ ਨੂੰ, ਕੋਈ ਜਾਤ ਪਾਤ ਵਾਲੇ ਇੱਦਾਂ ਹੈ ਨਹੀਂ ਵੀ ਬੱਚੇ ਨੂੰ ਦੇਣੀ ਆ, ਸਾਰੇ ਗੁਰਸਿੱਖ ਬੱਚੇ ਬਣ ਰਹੇ ਨੇ, ਅੱਗੇ ਵੱਧ ਰਹੇ ਨੇ ਗੁਰਸਿੱਖੀ ਨੂੰ ਲੈ ਕੇ ਵੀ, ਔਰ ਵਿੱਦਿਆ ਇੰਨੀ ਕਿ ਉੱਚੀ ਚੋਟੀ ਦੀ ਆ, ਆਮ ਸਕੂਲਾਂ ਨਾਲੋਂ ਵੀ ਬਹੁਤ ਜ਼ਿਆਦਾ
ते अमीर घरां दे CBS बोर्डां विच पढ़ रहे हैं उन्हां नूं लै के ये CBS बोर्ड की तरह ही है जो कि असी कदे भी नहीं पढ़ा सकते आपके बच्चों नूं बहुत गरीब फैमिलियां दे बच्चों नूं फ्री सिक्ख्या दे रहे जिन्होंने शुरू किया उन्होंने कुछ कहना चाहते हो उन्हां दा बहुत बहुत धन्यवाद करना चाहते हैं जी असी उन्हां दे बहुत बहुत धन्यवाद करते हैं। मेरा नाम जसप्रीत कौर है जी ते अज गुरु नानक देव जी इंस्टीट्यूट ऑफ चज्जी फाउंडेशन वालों गुरु नानक देव जी का 554वां जिहड़ा प्रकाश पुरब है वह अज मनाया जा रहा है तो नाल नाल जो बच्चों ने पूरे साल के बहुत वधिया परफॉर्म किया क्योंकि साढ़े बच्चे 8वीं 10वीं के जिहड़े बोर्ड की क्लासां दे विच बच्चे मैरिट से आए हैं उस तो इलावा नैशनल लैवल से बच्चों ने खेडों में बहुत सारे प्राइज़ लए ने अज उन्होंने सारे बच्चों को सम्मानित किया जाना है। सो अज साढ़े को तकरीबन 1500-2000 बंदे की जिहड़ी गैदरिंग है वह अज 500 बच्चों के पेरेंट्स के नाल होर बहुत सारे जिहड़े संगत है वह अज समागम अटेंड करने लिए इत्थे पहुंची है तो साढ़े नाल जसविंदर सिंह जी खालसा है जिहड़े कि इन्हां दे उपराले सदका 2012 दे विच एक फ्री स्कूल जिहदे विच कोई भी खर्चा नहीं है कोई बच्चा तो किसी चीज़ कोई पैसे नहीं ले जाते बैग बुक्स यूनिफॉर्म सब कुछ फ्री है बच्चों को पढ़ाई फ्री है कोई फीस नहीं ली जाती। सो सरदार जसविंदर सिंह जी खालसा इन्हां दे उद्यम सदका ये चल रहा है। सो बाकी जो वेरवे स्कूल का अंकल जी दस्सन।